ਸਿੱਧੇ ਤਾਲ ਨੇ ਜੇ ਨਾਲੇ ਸਾਜਾਂ ਵਾਲੇ ਦੇ ਸੁਣਵਾ ਤੇ ਵੈਰੀ ਅਸੀਂ ਲਾਲ ਵਾਜਾਂ ਵਾਲੇ ਦੇ ਲਾੜ ਲਿਆ ਫੌਜੀ ਉਹਦੀ ਧੋਖਾ ਨਾ ਤੂੰ ਖਾਈ ਵੇ ਧੋਖਾ ਨਾ ਤੂੰ ਖਾਈ ਵੇ ਸਰਹੰਦੇ ਨੂੰ ਜੇ ਚੱਲੇ ਐ ਤੂੰ ਵੇਖ ਕਿਦਾਂ ਆਈ ਵੇ ਖਰਗਸੀ ਲਾਲ ਨੀਹਾਂ ਵਿੱਚ ਚਾਈ ਚਾਈ ਵੇ ਸਾਰੇ ਹੰਦੇ ਨੂੰ ਜੇ ਚੱਲੇ ਐ ਤੂੰ ਵੇਖ ਕੇ ਪਾਈ ਦੇ ਖਰਗਸੀ ਲਾਲ ਨੀਹਾਂ ਵਿੱਚ ਚਾਈ ਚਾਈ ਦੇ ਲੈ ਕੇ ਦਸਮ ਪਿਤਾ ਦਾ ਥਾਪੜਾ ਤੇ ਚਿੜੀਆਂ ਬਣ ਗਈ ਆਵਾਜ਼ ਸਵਾ ਲੱਖ ਨਾਲ ਇੱਕ ਇੱਕ ਲੜਕੇ ਕਿਉਂ ਨਾ ਖਾਲਸ ਕਰਦਾ ਰਾਜ ਫਤਿਹ ਸਿੰਘ ਦੀ ਫਤਿਹ ਸੁਣ ਕੇ ਸੀ ਟਾਂਕਾਂ ਕਵੀ ਉੱਠੀ ਬਾਬਾ ਚੋਰਾ ਵਰਦੇ ਨੂੰ ਨੇ ਹੱਥੋਂ ਤਾਂ ਪੁੱਜੇ ਸੁੱਟੀਆਂ ਹਾਏ ਦਾਦੀ ਪੋਤਿਆਂ ਦਾ ਇੱਕ ਵਾਰੀ ਮੇਲ ਤਾਂ ਕਰਾਈ ਦੇ ਸਰਹੰਦ ਨੂੰ ਜੇ ਚੱਲੇ ਐ ਤੂੰ ਵੇਖ ਕਿਦਾਂ ਆਈ ਦੇ ਖਰਗਸੀ ਲਾਲ ਨੀਹਾਂ ਵਿੱਚ ਚਾਈ ਚਾਈ ਦੇ ਸਰਹੰਦ ਨੂੰ ਜੇ ਚੱਲੇ ਐ ਤੂੰ ਵੇਖ ਕਿਦਾਂ ਆਈ ਦੇ ਖਰਗਸੀ ਲਾਲ ਨੀਹਾਂ ਵਿੱਚ ਚਾਈ ਚਾਈ ਦੇ ਮੌਤ ਆਈ ਸੀ ਚੀਨ ਦੀ ਵਜ਼ੀਰੀ ਖਾ ਵਜ਼ੀਰ ਦੀ ਅਜੀਤ ਸਿੰਘ ਦੀ ਛਾਤੀ ਅੱਗੇ ਗੱਲ ਕਰਾਤੀ ਤੀਰ ਦੀ ਸੀ ਲਾਗੇ ਸਿਰ ਤੇ ਕਲ ਗਿਆ ਦਸ਼ਮੇਸ਼ ਪਤਾ ਨੇ ਤੋੜੇ ਚੁਚਾਰ ਸਿੰਘ ਜਦ ਗੱਜਿਆ ਨਾ ਖਰਿਆ ਕੋਈ ਵੀ ਮੋਹਰੇ ਜਾਗੇ ਤਿਹਵਾਰੀ ਭੂਰਾ ਸਾਹਿਬ ਸੀ ਸਤਾ ਚੁਪਾਈ ਦੇ ਸਰਹੰਦ ਨੂੰ ਜੇ ਚੱਲੇ ਐ ਤੂੰ ਵੇਖ ਕਿਤਾ ਆਈ ਵੇ ਖਰਗਸੀ ਲਾਲ ਨੀਹਾਂ ਵਿੱਚ ਚਾਈ ਚਾਈ ਸਰਹੰਦ ਨੂੰ ਜੇ ਚੱਲੇ ਐ ਤੂੰ ਵੇਖ ਕਿਤਾ ਆਈ ਦੇ ਖਰਗਸੀ ਲਾਲ ਨੀਹਾਂ ਵਿੱਚ ਚਾਈ ਚਾਈ ਦੇ ਸਿੰਘ ਸੂਰ ਮੇ ਸਾਰੇ ਰਹਿੰਦੇ ਚੜ੍ਹਦੀ ਕਲਾ ਸ਼ੇਰਾਂ ਵਾਂਗੂ ਬੈਠੇ ਰਹਿੰਦੇ ਚੜ੍ਹਦੀ ਕਲਾ ਉੱਚੇ ਝੂਲਦੇ ਨਿਸ਼ਾਨ ਰਹਿੰਦੇ ਚੜ੍ਹਦੀ ਕਲਾ ਦੇਖ ਲੱਗਦੇ ਆਉਣ ਜਕਾਰੇ ਰਹਿੰਦੇ ਚੜ੍ਹਦੀ ਕਲਾ ਲੱਗਦੇ ਆਉਣ ਜਕਾਰੇ ਬੋਲੇ ਸੋ